ਵੀ ਜਾ ਰਹੇ ਸਨ ਤੇ ਉਹਨਾਂ ਕੋਲ ਸੀ ਗਧਾ ਤੇ ਮੁਰਗਾ ਗਧੇ ਤੇ ਬੈਠੇ ਸਨ ਤੇ ਭੁੱਖ ਲੱਗ ਗਈ ਆਪਣੇ ਆਪ ਨੂੰ ਵੀ ਗਧੇ ਨੂੰ ਵੀ ਮੁਰਗੇ ਨੂੰ ਵੀ ਕਹਿਣ ਲੱਗੇ ਕਿਹੜੀ ਸ਼ਾਇਦ ਸਸਤੀ ਲੱਭੇ ਜਿਹੜੀ ਤਿੰਨਾਂ ਨੂੰ ਫਾਇਦਾ ਦੇ ਦੁਆਣਾ ਖਰੀਦ ਲਿਆ ਕੋਈ ਦੁਆਣਾ ਆਪ ਖਾ ਲਿਆ ਖਰੋਪੜ ਖੋਤੇ ਨੂੰ ਪਾ ਤੇ ਪੀ ਕੁੱਕੜ ਨੂੰ ਪਾ ਸਾਰੇ ਸਾਰੇ ਅਕਲਮੰਦੀ ਬੜੀ ਵੱਡੀ ਨਿਹਮਤ ਔਰ ਸ਼ੇਰ ਅਹਿਮਦੁੱਲਾ ਲਹਿਰ ਦੇ ਦੌਰ ਦਾ ਇੱਕ ਵਾਕਿਆ ਮਸ਼ਹੂਰ ਹੈ ਬਈ ਇੱਕ ਔਰਤ ਸੀ ਤੇ ਉਹਦਾ ਇੱਕ ਖਾਮਦ ਇੱਕ ਪੁੱਤਰ ਇੱਕ ਭਾਈ ਤਿੰਨਾਂ ਤੇ ਮੁਕੱਦਮਾ ਬਣ ਗਿਆ ਮੁਕੱਦਮਾ ਮਤਲਬ ਬੜਾ ਭਾਰਾ ਤੇ ਉਹ ਕਾਜ਼ੀ ਕਹਿਣ ਲੱਗਾ ਬੀਬੀ ਇਹਨਾਂ ਤਿੰਨਾਂ ਚੋਂ ਇੱਕ ਜਿਹੜਾ ਨਾ ਉਹ ਛੁਡਾ ਲੈ ਬਾਕੀ ਦੋ ਨੂੰ ਫਾਂਸੀ ਹੋ ਜਾਵੇ ਇੱਕ ਵਿੱਚੋਂ ਉਹਨੇ ਆਖਿਆ ਮੇਰਾ ਭਰਾ ਛੱਡ ਦਿਓ ਉਹਨੇ ਕਿਹਾ ਖਾਮਦ ਜਿਹੜਾ ਮੈਨੂੰ ਹੋਰ ਲੱਭ ਜਾਏਗਾ ਜੋ ਖਾਮਦ ਹੋਰ ਮਿਲਿਆ ਪੁੱਤਰ ਅੱਲਾਹ ਹੋਰ ਦੇਵੇਗਾ ਭਰਾ ਨਹੀਂ ਲੱਭਣਾ ਜੀ ਮੈਂ ਕੇਸ ਕਰਾਇਆ ਸੀ ਉਹਨਾਂ ਔਰਤ ਦੀ ਅਕਲਮੰਦੀ ਵੇਖ ਕੇ ਆਖਿਆ ਇਹਨਾਂ ਨੂੰ ਇਹ ਅਸੀਂ ਖਾਰਜ ਕਰ ਦਿਓ ਅਸਾਂ ਛੱਡ ਕੈਸੀ ਗੱਲ ਯਾਨੀ ਐਡੀ ਅਕਲਮੰਦੀ ਚੀਜ਼ ਨਹੀਂ ਨਹੀਂ ਮੈਂ ਆਦਾ ਪਿਆ ਆ ਲਾਣਾ ਚੱਕ ਤੁਸੀਂ ਅੱਜ ਦੀ ਸਾਡੇ ਵਰਗੀ ਹੁੰਦੀ ਜਾਂਦੀ ਮੋਦੀ ਸਾਹਿਬ ਮੈਂ ਤੇ ਕਿੰਨੀ ਤਿੰਨੀ ਪਰ ਲਗਾ ਛੱਡੋ ਇਹਨਾਂ ਕਿਉਂ ਇਹ ਪਤਾ ਲਿਆਸ ਉਹ ਕਦੀ ਬਾਹਰ ਨਹੀਂ ਸਿਆਣਾ ਦੇ ਕੋਲ ਉਹ ਤੇ ਆਉ ਤੇ ਸ਼ੇਖ ਸਾਹਿਬ ਨੇ ਸ਼ੇਖ ਅਮਾਨੁੱਲਾ ਸਾਹਿਬ ਵਾ ਮੈਂ ਯੋ ਤਲ ਹਕਮਤ ਉਹਨਾਂ ਨੂੰ ਮਿਲਣਾ ਫਕਦ ਉਤੀ ਖੈਰਨ ਕਸੀਰਾ ਜਿਹੜੇ ਨਾ ਹਕਮਤ ਨਹੀਂ ਅੱਲਾ ਫਰਮਾਨ ਜਿਹਨੂੰ ਇਹ ਮਿਲ ਗਈ ਉਹਨੂੰ ਬੜਾ ਵੱਡਾ ਖੈਰ ਕਸੀਰ ਦਾ ਖਜ਼ਾਨਾ ਮਿਲ ਗਿਆ ਵਲਾ ਕਦ ਆਤੈਨਾ ਲੁਕਮਾਨ ਅਲ ਹਕਮਤ ਅਨਿਸ਼ਕੁਰ ਲਿਲਾ ਫਰਮਾਇਆ ਮੇਰੇ ਲੁਕਮਾਨ ਨੇ ਤੁਹਾਨੂੰ ਹਕਮਤ ਦਿਨਾਈ ਦਾ ਖਜ਼ਾਨਾ ਦਿੱਤਾ ਤੁਸੀਂ ਆਪਣੇ ਅੱਲਾ ਦਾ ਸ਼ੁਕਰੀਆ ਅਦਾ ਕਰ ਇਹ ਅਕਲ ਹੋਏਗੀ ਤੇ ਇਹਦੇ ਨਾਲ ਬੰਦਾ ਰੱਬ ਨੂੰ ਜਾਣੇਗਾ ਇਹਦੇ ਨਾਲ ਬੰਦਾ ਨਬੀ ਅਲੈਹਿ ਸਲਾਮ ਦੀ ਅਜ਼ਮਤ ਨੂੰ ਪਛਾਣੇਗਾ ਇਹਦੇ ਨਾਲ ਬੰਦਾ ਆਪਣੇ ਮਾਪਿਆਂ ਨੂੰ ਪਛਾਣੇਗਾ ਇਹਦੇ ਨਾਲ ਉਸਤਾਦਾਂ ਨੂੰ ਪਛਾਣੇਗਾ ਇਹਦੇ ਨਾਲ ਛੋਟੇ ਵੱਡੇ ਦੀ ਪਛਾਣ ਹੋਏਗੀ ਇਹਦੇ ਨਾਲ ਜ਼ਿੰਦਗੀ ਦਾ ਰਹਿਣ ਸਹਿਣ ਦਾ ਪਤਾ ਦੀਨ ਦਾ ਇਮਾਨ ਨਾਲ ਹੁਣ ਦੇਖੋ ਨਾ ਤਾਹਿਰ ਉਲ ਕਾਦਰੀ ਇਤਨਾ ਬੜਾ ਆਲਿਮ ਉਹਦੇ ਇਲਮ ਦਾ ਕੋਈ ਇਨਕਾਰ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀ ਉਹਦੀ ਜ਼ੁਬਾਨ ਦਾ ਖਿਤਾਬ ਦਾ ਮੁਕਰਰ ਹੋਣ ਦਾ ਕੋਈ ਇਨਕਾਰ ਨਹੀਂ ਕਰ ਸਕਦਾ ਨੰਬਰ 3 ਉਹਦੇ ਸਹੀਨ ਹੋਣ ਦਾ ਕੋਈ ਇਨਕਾਰ ਨਹੀਂ ਕਰ ਸਕਦਾ ਇਸੇ ਤਰ੍ਹਾਂ ਉਹਦੇ ਚਵਲ ਹੋਣ ਦਾ ਵੀ ਕੋਈ ਇਨਕਾਰ ਨਹੀਂ ਕਰ ਸਕਦਾ ਇਸ ਵਾਸਤੇ ਇਹ ਉਹ ਜ਼ਿੰਨਤ ਵਾਲਾ ਕੰਮ ਹੈ ਜ਼ਿੰਨਤ ਵਾਲਾ ਕੰਮ ਇਸ ਵਾਸਤੇ ਸ਼ੈਤਾਨ ਕੋਲੋਂ ਹੋ ਗਿਆ ਸੀ ਆ ਦੂਸਰੇ ਨੰਬਰ ਤੇ ਅਕਲ ਹੈਸੂ ਕਿਸੇ ਵਕਤ ਐਸਾ ਪਰਦਾ ਪੈਂਦਾ ਇੰਜ ਦੀ ਚਵਲ ਮਾਰਦਾ ਕਿ ਸਾਰੇ ਲੋਕ ਕਹਿੰਦੇ ਨੇ ਇਹਨੇ ਇਨਕਲਾਬ ਕੀ ਲਿਆਉਣਾ ਜਿਹਨੂੰ ਆਪਣੇ ਆਪ ਦੇ ਨਹੀਂ ਪਤਾ ਕਦੀ ਕੋਈ ਖਾਬ ਦੱਸਣ ਲੱਗ ਪੈਂਦਾ ਕਦੀ ਕੋਈ ਖਾਬ ਔਰ ਜਦੋਂ ਝੂਠ ਬੋਲਣਾ ਹੋਵੇ ਨਬੀ ਅਲੈਹਿ ਸਲਾਮ ਦਾ ਨਾਮ ਲੈ ਕੇ ਆਪਣੇ ਵੱਲੋਂ ਨੰਬਰ ਬਣਾਉਂਦਾ ਅੱਲਾ ਜ਼ਲੀਲ ਕਰ ਦਿੰਦਾ ਕਿਉਂਕਿ ਦੀਨ ਦਾ ਨਾਮ ਲੈ ਕੇ ਝੂਠ ਬੋਲਣਾ ਦੀਨ ਦੇ ਨਾਮ ਤੇ ਦੁਨੀਆ ਕਮਾਉਣਾ ਦੀਨ ਦੇ ਨਾਮ ਤੇ ਆਪਣੇ ਆਪ ਨੂੰ ਚਮਕਾਉਣਾ ਇਹ ਅਸਲ ਜ਼ਿਲਤ ਹੁੰਦੀ ਹੈ ਕਦੀ ਵੀ ਇਸ ਕੰਮ ਵਿੱਚ ਨਾ ਰਿਸਕ ਲਵੋ ਕਿ ਮੈਂ ਦੀਨ ਦੇ ਨਾਂ ਤੇ ਆਪਣਾ ਆਪ ਚਮਕਾਵਾਂ ਇਹ ਕਹੋ ਦੀਨ ਚਮਕੇ ਜਦੋਂ ਦੀਨ ਚਮਕੇ ਤਾਂ ਅੱਲਾ ਤੁਹਾਨੂੰ ਆਪੇ ਚਮਕਾ ਗਿਆ ਦੀਨ ਦੀ ਵਜ੍ਹਾ ਤੋਂ ਸਾਡੀ ਇੱਜ਼ਤ ਅੱਲਾ ਸੁਭਾਨਾ ਤਾਲਾ ਅਰਸ਼ਾਦ ਫਰਮਾਉਂਦੇ ਨੇ ਕਿ ਇਹ ਇਨਸਾਨ ਮੇਰੀ ਨਿਮਤਾਂ ਦਾ ਤੂੰ ਸ਼ੁਕਰ ਅਦਾ ਨਹੀਂ ਕਰਦਾ ਨਾ ਸ਼ੁਕਰ ਹੈ ਅਗਰ ਮੈਂ ਤੇਰੀ ਥੋੜ੍ਹੀ ਜਿਹੀ ਵੀ ਸ਼ਕਲ ਬਦਲ ਦੇਵਾਂ ਤੈਨੂੰ ਤੇਰੇ ਘਰ ਦੀਆਂ ਜੁੱਤੀਆਂ ਮਾਰਨੀ ਸ਼ੁਰੂ ਕਰਦਾ ਤੂੰ ਆਪਣੇ ਘਰ ਚ ਦਾਖਲ ਨਹੀਂ ਹੋ ਸਕਦੀ ਕੌਣ ਜੀ ਅੱਲਾ ਦੀ ਰਹਿਮਤ ਦੇ ਨਾਲ ਸਾਰਾ ਪ੍ਰੋਸੈਸ ਇਹ ਰਹਿਮਤ ਦੇ ਨਾਲ ਜੀ ਅੱਲਾ ਤਾਲਾ ਦੇ ਜਿਹੜਾ ਸ਼ੇਖ ਸਾਹਿਬ ਸਾਥੀ ਨੇ ਮੁਹੰਮਦ ਆਸਫ ਇਹ ਪਹਿਲਾਂ ਸਾਡੇ ਉੱਥੇ ਇਲਾਕੇ ਸਨ ਤੇ ਹੁਣੇ ਕੋਈ ਕਰੀਬ ਮਾਸ਼ਾ ਅੱਲਾ ਇਹ ਗੁਜਰਾਂਵਾਲੇ ਤੋਂ ਨੇ ਅੱਛਾ ਤੇ ਇਹਨਾਂ ਦੇ ਵੱਡੇ ਭਾਈ ਨੂੰ ਨਾ ਏਜੰਸੀਆਂ ਲੈ ਲਈਆਂ ਕਿੰਨੀ ਦੇਰ ਹੋਈ ਹੈ ਗੁਜਰਾਤ ਹੁੰਦੇ ਕੀ ਨਾਮ ਉਹਨਾਂ ਦਾ ਮੁਹੰਮਦ ਆਰਫ ਅੱਛਾ ਅਬੂ ਸਰਾਕਾ ਅੱਛਾ ਅੱਲਾ ਤਾਲਾ ਦੀ ਜ਼ਾਤ ਪਾ ਰਹਿਮਤ ਕਰੇ ਅੱਲਾ ਉਹਨਾਂ ਨੂੰ ਖਰੀਅਤ ਨਾਲ ਵਾਪਸ ਕਰ ਕਿਉਂ ਖੜਿਆ ਏਜੰਸੀਆਂ ਬਸ ਉਹਨਾਂ ਦਾ ਰਾਬਤਾ ਤੇ ਨਹੀਂ ਸੀ ਸ਼ਾਹ ਅਬਦੁਲ ਜਵਾਰ ਸ਼ਾਕਰ ਨਾਲ ਸਿਆਲਕੋਟ ਵਾਲੇ ਨਹੀਂ ਹੈ ਉਹ ਜਮਾਤ ਉਦ ਦਾਵਾ ਹੈ ਰਹੇ ਨਾ ਇਹੋ ਗੱਲ ਜਮਾਤ ਉਦ ਦਾਵਾ ਨਾਲ ਤਲਕ ਸੀ ਪਹਿਲਾਂ ਜੀ ਫਿਰ ਤੇ ਕੌਣ ਛੱਡ ਗਿਆ ਸਾਂ ਹਾਂ ਕੁਝ ਅਰਸੇ ਛੱਡ ਗਿਆ ਸੀ ਜੇ ਫਿਰ ਆ ਉਸ ਹਵਾਲੇ ਨਾਲ ਇਹ ਅਗਰ ਟੈਨਸ਼ਨ ਨਾ ਲਵੋ ਇਨਸ਼ਾਅੱਲਾ ਆ ਜਾਣਗੇ ਇਹ ਏਜੰਸੀਆਂ ਨਹੀਂ ਸਿਸਟਮ ਇਸ ਤਰ੍ਹਾਂ ਦੀ ਇਹ ਜਿਹੜਾ ਬੰਦਾ ਵੀ ਉਹਨਾਂ ਦੀ ਤਨਜ਼ੀਮ ਤੋਂ ਪਿਛਾੜਦਾ ਹੈ ਨਾ ਏਜੰਸੀਆਂ ਉਹਨਾਂ ਨੂੰ ਪਰੇਸ਼ਾਨ ਕਰਦੀ ਕਿਉਂਕਿ ਉਹਨਾਂ ਦਾ ਤਾਲੁਕ ਹੈ ਨਾ ਏਜੰਸੀਆਂ ਨਾਲ ਇਹ ਨਾ ਕਹੋ ਕਿ ਦਾਅਵੇ ਵਾਲੇ ਫੜਾਉਂਦੇ ਨੇ ਉਹ ਆਪ ਹੀ ਏਜੰਸੀਆਂ ਦੇ ਨੋਟਿਸ ਵਿੱਚ ਹੁੰਦੇ ਨੇ ਬੰਦੇ ਸਾਰੇ ਜੀ ਇਨਸ਼ਾਅੱਲਾ ਕੋਈ ਗੱਲ ਨਹੀਂ ਆ ਜਾਣ ਕਿੰਨੀ ਦੇਰ ਹੋਈ ਹੈ ਆਸਾਨੀ ਪੈਦਾ ਕਰੇ 10 ਕੁ ਦਿਨ ਹੋ ਗਏ 10 ਕੁ ਦਿਨ
बाकी मैं मेरा एक इस हाके चा जिहड़ा बंदा दावे नाल चलदा वह चले जिहड़ा दावे नूं छड्ड दे उहनां दी मुखालफत ना करे बाद जिहड़ी तंजीम नाल भी चलना चलो इह कहड़ा कुफर इस्लाम है एक बंदा मरकजी जमीयत च वो अपना काम करता जो मियाँ जमील ना कवे भी तू हक ते वे वो इब्तिसाम ना कवे तू गलत है वो सियाला शाह ना कवे भी तू गलत है वो एक बंदा जमात दावा जो ये ना कवे यूथ फोर्स कुफर है सारिया तंजीमां ने दीन का काम कर एक दूसरे एहतराम कर अपनी अपनी जगह सारे काम कर जेड़ा ज्यादा करेगा लोग खुद साथ दे कहना भी नहीं पाएगा इंशाल्लाह रहमान ये मेनू नाम लिख के दे देन ये मैं ना ये हजरतुल अमीर साहब को ये नाम लिख के दियो जी तुसी मीर साहब जी मौलाना साहब नु दियो प्रोफेसर साजिद मीर साहब ना मेरी गल बड़ी अल्हम्दुलिल्लाह ध्यान नाल सुनते रहे अल्लाह के फरमान मोहब्बत भी करते उन्होंने अगे दरखास्त करांगा हाफिज अब्दुल करीम साहब अगे करांगा मकसद है कि वो इन साहब मिले जहीर साहब के बड़े तल्लुकात ने मियां जमील साहब के बड़े ने नंबर 3 ਮੈਨੂੰ ਆਫਸ ਸਹੀ ਸਾਹਿਬ ਨੂੰ ਵੀ ਕਹਿਣਾ ਪਿਆ ਮੈਂ ਕਹਾਂ ਇਹਨਾਂ ਦੇ ਜਿਹੜਾ ਨਾ ਸ਼ੇਖ ਇਹਨਾਂ ਦੇ ਭਾਈ ਇਹਨਾਂ ਜਮਾ ਪੜਾਇਆ ਜੀ ਸਹੀ ਸਾਹਿਬ ਜੀ ਆਂਦਾ ਇਤਿਹਾਦ ਕਰਨਗੇ ਯਾਨੀ ਮਤਲਬ ਉਹ ਇਸ ਚ ਮੁਖਾਲਫਾਂ ਦੀ ਹੈ ਹਜ਼ਰਤ ਸਾਰਿਆਂ ਦਾ ਮੈਂ ਤੇ ਪਾਕਿਸਤਾਨ ਵਿੱਚ ਇਹਤਰਾਮ ਕਰਦਾ ਜੀ ਕਰਨਾ ਚਾਹੀਦਾ ਔਰ ਮੈਂ ਜਿੰਨੇ ਰੌਲੇ ਨੇ ਮੈਂ ਕਹਿੰਦਾ ਯਾਰ ਆਪਸ ਹੀ ਤੇ ਨਾ ਲੜੋ ਹਾਂਜੀ ਬਿਲਕੁਲ ਆਪਸ ਫਿਰ ਮੈਂ ਕਹਿੰਦਾ ਕਿ ਇੱਥੋਂ ਤੱਕ ਸਖਤੀ ਨਾ ਕਰੋ ਵੀ ਉਹਨਾਂ ਦੇ ਜਲਸੇ ਤੇ ਨਾ ਜਾਇਓ ਉਹਨਾਂ ਦੇ ਨਾ ਜਾਇਓ ਮੈਂ ਖਤਮੇ ਨਬੂਵਤ ਦਾ ਮਸਲਾ ਹੁੰਦਾ ਹੈ ਜੋ ਬੰਦੀਆਂ ਦੇ ਨਾਲ ਬਰੇਲਵੀਆਂ ਨਾਲ ਸ਼ੀਆਂ ਨਾਲ ਅਸੀਂ ਖਲੋ ਕੇ ਤਕਰੀਰਾਂ ਕਰਨੇ ਆ ਕਿ ਇੱਧਰ ਅਸੀਂ ਅਹਿਲ ਹਦੀਸ ਅਹਿਲ ਹਦੀਸ ਨਾਲ ਨਾ ਖਲੋਵੇ ਤੇ ਅੱਲਾਹ ਕਿਤੇ ਨਾਰਾਜ਼ ਨਾ ਹੋ ਜਾਵੇ ਇੰਜ ਨਾ ਕਰੇ ਮੈਂ ਕਹਿੰਦਾ ਆ ਜਿਵੇਂ ਜੋ ਕੇ ਆਵਾਂ ਤਰਲੇ ਹੀ ਲਈਦਾ ਮਰ ਲੈ ਮੰਨ ਲੈ ਨਾ ਮੰਨੇ ਕੋਈ ਕਿਹੋ ਕੀ ਕਹਿ ਸਕਦਾ ਮੈਂਬਰ ਵਗੈਰਾ ਲੈ ਲੋ ਪਾਕਿਸਤਾਨ ਦਾ ਕੋਈ ਨਾ ਮੰਨੇ ਸਾਡੀ ਤੇ ਫਿਰ ਉਹ ਬੀਬੀ ਜਿਹੜੀ ਲੜਦੇ ਲੜਦੇ ਜਿਹਦਾ ਸੰਗ ਬਹਿ ਜਾਂਦਾ ਦੀ ਜਾ ਕੀ ਸਕੀਨਾ ਮੇਰਾ ਤੇ ਸਬਰ ਹੀ ਆ ਫਿਰ ਆਪਾਂ ਚੁੱਪ ਕਰ ਰਹੇ ਉਹ ਕੀ ਕਰ ਸਕਦੇ खुशी मिलती है अल्लाह राजी जी उठो मैं दूध का फटा चुका सुभान अल्लाह व बिहम्दिक अशहदु अल्ला इलाहा इल्लल्लाह।